ਦੋਸਤੋ, ਕੈਨੇਡਾ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਸ਼ਹਿਰ ਤੋਂ ਅਸੀਂ ਅਕਸਰ ਲੈ ਕੇ ਹੁੰਦੇ ਰਹਿੰਦੇ ਹਾਂ, ਪ੍ਰੋਗਰਾਮ ਪੇਸ਼ ਕਰਦੇ ਹਾਂ, ਵਤਨ ਟੀਵੀ ਪ੍ਰੋਗਰਾਮ। ਜਿਵੇਂ ਆਪ ਸਭ ਜਾਣਦੇ ਹੋ ਕਿ ਐਡਮਿੰਟਨ ਸ਼ਹਿਰ ਇਟਸ ਅ ਗਰੋਇੰਗ ਸਿਟੀ, ਅਤੇ ਛੋਟੇ ਵੱਡੇ ਬਿਜ਼ਨਸ ਇੱਥੇ ਬਹੁਤ ਆ ਰਹੇ ਨੇ, ਬਾਹਰਲੇ ਸੂਬਿਆਂ ਤੋਂ ਆ ਰਹੇ ਨੇ, ਬਾਹਰਲੇ ਸ਼ਹਿਰਾਂ ਤੋਂ ਆ ਰਹੇ ਨੇ। ਅਤੇ ਐਡਮਿੰਟਨ ਸ਼ਹਿਰ ਦੇ ਵਿੱਚ ਅੱਜ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅੱਜ ਇੱਕ ਹੋਰ ਨਵੀਂ ਕੰਪਨੀ ਕਿੰਗ ਟਰੱਕ ਲੋਨ ਵਾਲੇ ਜਿਹੜੇ ਨੇ ਸਾਡੇ ਵੀਰ ਲਖਬੀਰ ਹੁਣੀ ਪਹੁੰਚੇ ਨੇ ਸਾਡੇ ਕੋਲ ਟੋਰਾਂਟੋ ਤੋਂ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਆਫਿਸ ਆ ਉਹ ਕਿੰਗ ਟਰੱਕ ਲੋਨ ਦਾ ਟੋਰਾਂਟੋ ਦੇ ਵਿੱਚ ਖੋਲ੍ਹਿਆ, ਫਿਰ ਲੋਕੇਸ਼ਨ ਵਿਨੀਪੈਗ, ਸੈਸਕਾਟੂਨ ਅਤੇ ਕੈਲਕਰੀ ਦੇ ਵਿੱਚ ਇਹਨਾਂ ਦੇ ਚਾਰ ਆਫਿਸ ਨੇ, ਅਤੇ ਪੰਜਵਾਂ ਆਫਿਸ ਜਿਹੜਾ ਹੈ ਉਹ ਐਡਮਿੰਟਨ ਸ਼ਹਿਰ ਦੇ ਵਿੱਚ ਖੋਲ੍ਹਣ ਜਾ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਲਖਬੀਰ ਜੀ। ਸਭ ਤੋਂ ਪਹਿਲਾਂ ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਨਿੱਘੀ ਜੀ ਹਾਂ, ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਵਧਾਈ ਦੇਣਾ ਚਾਹੁੰਦਾ ਹਾਂ ਇੱਥੇ, ਵੀ ਜਿਹੜਾ ਸਾਨੂੰ ਇੱਥੇ ਅੱਜ ਅਸੀਂ ਆਪਣਾ ਨਵਾਂ ਆਫਿਸ ਖੋਲ੍ਹਿਆ, ਅਤੇ ਬੜਾ ਹੀ ਭਰਮਾ ਹੁੰਗਾਰਾ ਮਿਲਿਆ, ਅਤੇ ਜਿੰਨੇ ਸਾਡੇ ਫਰੈਂਡਸ ਆਏ ਨੇ ਸਾਨੂੰ ਸਪੋਰਟ ਕਰ ਰਹੇ ਨੇ, ਅਸੀਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਲਖਬੀਰ ਜੀ, ਜਿਹੜਾ ਸਭ ਤੋਂ ਪਹਿਲਾਂ ਆਫਿਸ ਤੁਸੀਂ ਖੋਲ੍ਹਿਆ ਸੀ ਟੋਰਾਂਟੋ ਦੇ ਵਿੱਚ, ਉਹ ਕਿੰਨੀ ਦੇਰ ਤੋਂ ਚੱਲ ਰਿਹਾ ਹੈ, ਅਤੇ ਜਿਹੜੇ ਦੂਸਰੇ ਜਿਹੜੇ ਆਫਿਸ ਨੇ ਮਤਲਬ ਸੈਸਕਾਟੂਨ ਦੇ ਵਿੱਚ, ਵਿਨੀਪੈਗ ਦੇ ਵਿੱਚ ਜਾਂ ਕੈਲਗਰੀ ਦੇ ਵਿੱਚ, ਕਿਹੜੀ ਕਿਹੜੀ ਸੇਵਾਵਾਂ ਤੁਸੀਂ ਪ੍ਰਦਾਨ ਕਰ ਰਹੇ ਹੋ? ਜਿਹੜੇ ਸਾਡਾ ਟੋਰਾਂਟੋ ਦਾ ਆਫਿਸ ਹੈ ਭਾਅ ਜੀ, ਉਹ ਜਿਹੜਾ ਹੈਗਾ 10 ਸਾਲ ਤੋਂ ਲਗਭਗ ਚੱਲ ਰਿਹਾ ਆ। ਫਿਰ ਉਸ ਤੋਂ ਬਾਅਦ ਅਸੀਂ ਸ਼ੁਰੂ ਕੈਲਗਰੀ ਕੀਤਾ ਸੀ, ਫਿਰ ਅਸੀਂ ਵਿਨੀਪੈਗ ਸੈਸਕਾਟੂਨ, ਅਤੇ ਹੁਣ ਅਸੀਂ ਐਡਮਿੰਟਨ 'ਚ ਆਏ ਹਾਂ। ਸਾਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਲੇਟ ਹੋ ਗਏ ਐਡਮਿੰਟਨ, ਜੋ ਇੱਥੇ ਬਿਜ਼ਨਸ ਓਪਰਚੁਨਿਟੀਜ਼ ਨੇ, ਜਿੱਦਾਂ ਇੱਥੇ ਆਪਣੇ ਲੋਕ ਹੈਗੇ ਨੇ, ਜਿੱਦਾਂ ਇੱਥੇ ਮੌਕਾ ਹੈਗਾ ਆ, ਉਹ ਚਲੋ ਦੇਰ ਆਏ ਦਰੁਸਤ ਆਏ, ਪਰ ਪਹੁੰਚ ਗਏ ਹਾਂ। ਸਰਵਿਸਿਜ਼ ਵਿੱਚ ਭਾਅ ਅਸੀਂ ਭਾਈ ਜਿਹੜੇ ਟਰੱਕ ਟ੍ਰੇਲਰ ਫਾਈਨੈਂਸਿੰਗ ਜਿਹੜੇ ਹੈਗੇ ਆ, ਜਿੰਨੇ ਕੰਸਟਰਕਸ਼ਨ ਇਕੁਪਮੈਂਟਸ ਹੈਗੇ ਨੇ, ਉਸ ਤੋਂ ਬਾਅਦ ਤੁਸੀਂ ਕੋਈ ਵੀ ਐਗਰੀਕਲਚਰ ਇਕੁਪਮੈਂਟ, ਫਾਰਮ ਇਕੁਪਮੈਂਟ, ਕੋਈ ਵੀ ਇੰਡਸਟਰੀਅਲ ਮੈਨੂਫੈਕਚਰਿੰਗ ਇਕੁਪਮੈਂਟ, ਜੋ ਵੀ ਕਮਰਸ਼ੀਅਲ ਇਕੁਪਮੈਂਟ ਹੈਗਾ, ਅਸੀਂ ਸਾਰੇ ਹੀ ਫਾਈਨੈਂਸ ਕਰਦੇ ਹਾਂ, ਰੇਲ ਗੱਡੀ ਜਹਾਜ਼ ਤੋਂ ਇਲਾਵਾ ਜੀ। ਬਸ ਜਿਹੜਾ ਇੱਥੇ ਦਾ ਆਫਿਸ ਆ, ਮੇਰੇ ਖਿਆਲ ਦੇ ਵਿੱਚ ਵਿਸ਼ਾਲ ਪੰਨੂ ਹੁਣੀ ਸੰਭਾਲਿਆ ਕਰਨਗੇ। ਵਿਸ਼ਾਲ, ਵਾਟ ਯੂ ਵਾਂਟ ਟੂ ਸੇ ਅਬਾਊਟ ਇਟ? I'm really excited to see what happens here. Apne ko bahut jyada Edmonton ch opportunity hai, to bas main to khush hai ki apa itthe kuch na kuch apa shuruaat kiti hai. Address hai ga ya phone number jehde loki ajj program dekh rahe ne pure Canada bhar de vich, oh tuhanu je approach karna chahun te apna address ya phone number please. Address Vishal, go ahead. Yeah, address is 5227 55 avenue. Ta apna office number hai 305. Okay, and the phone number 780-710-6336. ਜੀ ਲਖਬੀਰ ਜੀ, ਕੁਛ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ? ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਸਾਨੂੰ ਸਰਵਿਸ ਦਾ ਤੁਸੀਂ ਇੱਕ ਵਾਰੀ ਸਾਰੇ ਮੌਕਾ ਜ਼ਰੂਰ ਦਿਓ, ਹੋਪਫੁਲੀ ਅਸੀਂ ਤੁਹਾਡੇ ਲਈ ਜਿਹੜਾ ਹੈਗਾ ਆ ਬੈਟਰ ਕਰਕੇ ਦੇਵਾਂਗੇ ਡੀਲ। ਉਸ ਤੋਂ ਵੱਡੀ ਗੱਲ ਜਿਹੜਾ ਅਸੀਂ ਚਾਹੁੰਦੇ ਕਿ ਅਸੀਂ ਰਿਲੇਸ਼ਨਸ਼ਿਪ ਬਣਾਈਏ ਲੋਕਾਂ ਨਾਲ। ਫਾਈਨੈਂਸਿੰਗ ਤਾਂ ਸਾਰੀ ਕਰੀ ਜਾਂਦੀ ਹੈ, ਵੀ ਗੱਲ ਹੈ ਵੀ ਜਿਹੜੀ ਆਫਟਰ ਸਰਵਿਸ ਨੇ, ਜਿਹੜੀਆਂ ਬੰਦੇ ਨੂੰ ਬਾਅਦ 'ਚ ਲੋੜਾਂ ਪੈਂਦੀਆਂ ਨੇ, ਕੋਈ ਵੀ ਹੋਰ ਕਿਸੇ ਤਰੀਕੇ ਦੀ ਵੀ ਲੋੜ ਹੈ ਜਾਂ ਕੋਈ ਐਡਵਾਈਸ ਚਾਹੀਦੀ ਹੈ, ਤੁਸੀਂ ਨਵੀਂ ਕੰਪਨੀ ਸ਼ੁਰੂ ਕਰਨੀ ਹੈ, ਅਸੀਂ ਹਰ ਇੱਕ ਤਰ੍ਹਾਂ ਦੀ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਿੰਗ ਟਰੱਕ ਲੋਨਸ ਦੇ ਆਫਿਸ ਦੀ ਜਿਹੜੀ ਅੱਜ ਓਪਨਿੰਗ ਹੋਣ ਜਾ ਰਹੀ ਹੈ, ਸਾਰੇ ਹੀ ਐਡਮਿੰਟਨ ਸ਼ਹਿਰ ਤੋਂ ਪਤਵੰਤ ਸੱਜਣ ਪਹੁੰਚੇ ਨੇ ਸਾਡੇ ਦਰਮਿਆਨ ਨੇ, ਮਿੰਟੂ ਕਾਲ ਹੋਣੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਕਾਲ ਸਾਹਿਬ, ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ, ਵੀ ਲੋਕਾਂ ਨੂੰ ਇਹ ਲੋੜ ਸੀ ਇਸ ਚੀਜ਼ ਦੀ ਇੱਥੇ। ਅਤੇ ਬਾਕੀ ਮੈਂ ਕਿੰਗ ਟਰੱਕ ਲਾਉਣ ਵਾਲਿਆਂ ਨੂੰ ਸਾਰਿਆਂ ਇਹਨਾਂ ਨੂੰ ਵਧਾਈ ਦੇਣਾ, ਟੀਮ ਨੂੰ, ਵੀ ਚੰਗੀ ਤਰ੍ਹਾਂ ਕੰਮ ਕਰੋ, ਵਧੀਆ ਚੜ੍ਹਦੀਆਂ ਕਲਾ 'ਚ। ਕਿੰਗ ਟਰੱਕ ਲੋਨਸ ਦਾ ਜਿਹੜਾ ਅੱਜ ਦਾ ਜਿਹੜਾ ਆਫਿਸ ਖੋਲ੍ਹਣ ਜਾ ਰਿਹਾ ਹੈ, ਉਹ ਕੌਨਸਟੀਚੁਐਂਸੀ ਦੇ ਵਿੱਚ ਪੈਂਦਾ ਹੈ, ਜਸਬੀਰ ਦਿਓਲ ਹੋਣੀ MLA ਨੇ ਇਹਨਾਂ ਦੀ ਕੌਨਸਟੀਚੁਐਂਸੀ ਦੇ ਵਿੱਚ ਪੈਂਦਾ ਹੈ, ਅਤੇ ਇਹਨਾਂ ਦੇ ਬਿਲਕੁਲ ਜਿਹੜਾ ਜਿਹੜਾ ਆਫਿਸ ਖੋਲ੍ਹਣ ਜਾ ਰਹੇ ਨੇ ਉਹਦੇ ਬਿਲਕੁਲ ਨਾਲ ਇਹ ਲੋਕੇਸ਼ਨ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜਸਬੀਰ ਜੀ, ਇਹ ਇਹਨਾਂ ਦੀਆਂ ਪਹਿਲਾਂ ਚਾਰ ਲੋਕੇਸ਼ਨਾਂ ਜਿਹੜੀਆਂ ਨੇ, ਚਾਰ ਆਫਿਸਿਸ ਇਹਨਾਂ ਦੇ ਖੁੱਲ੍ਹ ਚੁੱਕੇ ਨੇ, ਅਤੇ ਜਿਹੜਾ ਪੰਜਵਾਂ ਐਡਮਿੰਟਨ ਸ਼ਹਿਰ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਖੁੱਲ੍ਹਣ ਜਾ ਰਿਹਾ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਜੀ ਇਹਨਾਂ ਨੂੰ। ਪੰਨੂ ਸਾਹਿਬ ਮੇਰੇ ਬੜੇ ਪੁਰਾਣੇ ਦੋਸਤ ਨੇ, ਬੜੇ ਮੇਰੇ ਪੁਰਾਣੇ ਸੰਬੰਧ ਹੈ ਇਹਨਾਂ ਦੇ ਨਾਲ। ਰੰਧਾਵਾ ਜੀ, ਲਖਵੀਰ ਹੁਣੀ ਆਏ ਨੇ ਉੱਥੋਂ, ਕਿੰਗ ਲੋਨ ਟਰੱਕ ਵਾਲਿਆਂ ਨੇ ਨਵਾਂ ਬਿਜ਼ਨਸ ਖੋਲ੍ਹਿਆ, ਅਤੇ ਮੇਰੀ ਕੰਸਟੀਚੁਐਂਸੀ 'ਚ ਪੈਂਦਾ, ਮੇਰੇ ਲਈ ਹੋਰ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮਿਹਨਤੀ ਬੰਦੇ ਆ, ਮੈਨੂੰ ਪਤਾ ਡੈਫੀਨੇਟਲੀ ਉਹ ਕਾਮਯਾਬ ਹੋਣਗੇ, ਅਤੇ ਆਪਣਾ ਜਿਹੜਾ ਭਾਈਚਾਰਾ ਇਹਨਾਂ ਤੋਂ ਜ਼ਰੂਰ ਫਾਇਦਾ ਉਠਾਊਗਾ, ਅਤੇ ਮੈਂ ਇੱਕ ਵਾਰੀ ਫਿਰ ਇਹਨਾਂ ਨੂੰ ਬਹੁਤ ਬਹੁਤ ਜਿਹੜਾ ਵਧਾਈ ਦੇਣਾ ਚਾਹੁੰਦਾ।